ਗੱਡੀ ਰੋਕ ਕੇ ਸਲਮਾਨ ਬਿਰਾਕੁਲ ਪੁੱਛਿਆ ਮਸਜਿਦ ਵਿੱਚ ਰੋਵਣ ਦੀ ਆਵਾਜ਼ਾਂ ਤੇ ਰੋਂਦੇ ਕਿਉਂ ਹੋ? ਅਹਿਲੇ ਸੁਨਤ ਬਿਰਾ ਦੇ ਦਿਲ ਕੀਤਾ ਹੱਥ ਛੋੜਾ ਅੱਲਾ ਗਵਾਹ ਹੈ ਰੋ ਕੇ ਆਦਾ ਤੈਨੂੰ ਨਹੀਂ ਪਤਾ ਕਿਆ ਤੂੰ ਕਲਮਾ ਬੋਲ ਨਹੀਂ ਅੱਜ ਅਮੀਰ ਕਹਿਦਾ ਤੈਨੂੰ ਸੱਡਾ ਬਣਾ ਨਹੀਂ ਮੈਂ ਆਖਿਆ ਕਹਿਦਾ ਕੁਰਬਾਨ ਕਰ ਛੋੜਾ ਅੱਲਾ ਗਵਾਹ ਅਹਿਲੇ ਸੁਨਤ ਬਿਰਾ ਨਮਾਜ਼ੀ ਬਿਰਾ ਚੁੱਪ ਕਰਕੇ ਪਿਓ ਨੂੰ ਜ਼ਖਮੀ ਦੇਦੀ ਰਹਿ ਗਈ ਜ਼ਖਮੀ ਅਮੀਰ ਕਹਿਣਾ ਧੀ ਦੇ ਪਾਸੇ ਬੈਠਾ ਤੇ ਬਾਬਾ ਜੀ ਮਿੰਨਤ ਕਿਹੜੀ ਕੀਤੀ ਸਾਡੇ ਆਲੀਆ ਧੀ ਤੋਂ ਪਾਕ ਅਲੀ ਜਿਤਨੇ ਧੀਆਂ ਲੱਟਰ ਆਇਆ ਮਿੰਨਤ ਕਰੇ ਨਾਰਾਜ ਕੇ ਮੁਕਾਰ ਦੇ ਕਿਉਂ ਜੋ ਮੈਂ ਅਮੀਰ ਕਹਿਣਾ ਦੀ ਧੀ ਦੀ ਗੁਰਮਤ ਪਿਓ ਸੁਣ ਆਖਰੀ ਵੇਲੇ ਭਾਈਆਂ ਨੂੰ ਦੀ ਅੱਖਾਂ ਦੀ ਕਸਮ ਹੈ ਰੋਂਦਾ ਹੀ ਬੈਠਾ ਤੇ ਮਿੰਨਤ ਕਰਕੇ ਆਤਾ ਬੈਠਾ ਹੈ ਸਾਡੇ ਆਲੀਆ ਧੀ ਤੂੰ ਪਾਕ ਅਲੀ ਕੀ ਬਜਾਰੀ ਵੇ ਫਰਮਾਨੇ ਕੁਰਾਨ ਸੁਣਾ
سال دی محنت ہے ماتم نہیں ہن میرے پاس ویکھے میری پنی ہوئی خیرات آخری ویلے امیر کائنات تینو منت کیڑی کیتی ہے میں چاہدا بڑی زندگی وچ ہک وار تو نال اللہ مڑے یار نہیں ہوئی تو منڈے مچے بڑا امیر بندہ جی ہائے نہیں نکل سکی سن لو منت کرے نا تو وطن دنیا ماہ رمضان جتھے ملک دے حصے میں ستر پڑی ہے نا بابا جی ماتمیاں منہ تے ماتم کیتا بے ہوش ہو گئے کرو سوال علی جان کیڑی ستر بابا جی امیر کائنات ہکیو جی وین کیتا نا آخری ویلے پتراں نو پیو دی ضرب بھول گئی تے ماں دا زخمی بس کرو سوال علی جان کیڑا وین کیتا امیر کائنات رو کے وین کر کے آدھے بیٹھے جی میں ماں زخمی پاس تے پٹیاں بندیاں ویڑے وچ سوال علی جان پیو جو منت کیتی ودھی قرآن سنایا لگوائے دھی قرآن پڑھیا جویں امیر کائنات پڑھ دیا بس امیر کائنات دے ویڑے دا منظر کیڑا بنیا آو وین پیا سن ویلا ساجد قرآن کو پاک علی جڑا سنیا تھی دے سین دی 18 پیراواں تو تیج گئی ہے بی بی رنی تے پیو نال گل کیڑی کیتی ہے بی بی آدی ہے میں کیوں تو سا میرا بابا سائی او میرے دل تا نہیں کوئی تھوڑے ہو جائے پھر دے ویر 18 ہوے اے نکرانی تساں میری زبانی سن کے رنے سکھ وین کا حکم پیو دے بعد ماتمیا کا حکم پورا پیا کرے نا تو انداز ماتم دا اپنا ہے مالک تاری محنت قبول فرماوے میں کوشش کرے نا اس کے نال نوہ پڑھا تو رل کے ماتم کریے بعد نبی دے تھی نبی دی اس مقام تے آ کے کھڑی بابا جی
ਜਿੱਥੇ ਬਾਬਾ ਮਿੰਬਰ ਤੇ ਬਾਂਦਾ ਹੈ, ਜਿਹਨਾਂ ਹਾਏ ਕੀਤੀ ਹੈ ਅੱਲਾ ਗਵਾਹ ਹੈ, ਜਿਹੜਾ ਤੀਜਾ ਘੰਟਾ ਮੁੱਕਾ ਨਾ ਮੁਸਲਮਾਨਾਂ ਦੇ ਦਰਬਾਰ 'ਚ ਮਹਰੂਮਤੁਲ ਫਿਦਕ ਸੈਣ ਨੂੰ ਪਿਓ ਯਾਦ ਆਇਆ। ਅੱਲਾ ਗਵਾਹ ਹੈ ਪਿਓ ਦੀ ਕਬਰ ਦੇ ਪਾਸੇ ਮੂੰਹ ਕਰਕੇ ਮਹਰੂਮਤੁਲ ਫਿਦਕ ਸੈਣ ਇੱਕ ਵਹਿਣ ਕੀਤਾ, ਵਹਿਣ ਪੀ ਸੁਣਾਉਣਾ ਰੋਂਦੀ ਖੜੀਏ ਮੁਸਲਮਾਨਾਂ ਦੇ ਦਰਬਾਰ 'ਚ ਵਹਿਣ ਕਰਕੇ ਆਦੀ ਖੜੀਏ, ਮੈਂ ਆਈ ਖੜੀਆਂ ਦਰਬਾਰ ਮੇਰੀ ਪਿੰਨੀ ਹੋਈ ਖੈਰਾਤ ਹੈ, ਤਿੰਨ ਚਾਰ ਦਿਨ ਤੂੰ ਮੇਰੀ ਤਬੀਅਤ ਨਾ ਸਾਜ਼ ਦੀ ਦੁਆ ਕਰੇ ਸੋ, ਮਗਰ ਸਾਲ ਦੀ ਮਿਹਨਤ ਮੇਰਾ ਦਿਲ 'ਚ ਆਉਂਦਾ, ਮੈਂ ਜਿਗਰੀ ਥਾਈ ਤੁਹਾਡੇ ਦਰਮਿਆਨ ਦੇਖ ਕੇ ਜਾਵਾਂ। ਰੋਂਦੀ ਖੜੀਏ ਅਤੇ ਵਹਿਣ ਕਰਕੇ ਆਦੀ ਖੜੀਏ, ਮੈਂ ਆਈ ਖੜੀਆਂ ਦਰਬਾਰ ਬਾਨੀਆਂ ਦੇ ਜਿਤਨੇ ਬਜ਼ੁਰਗ ਇਸ ਦੁਨੀਆਂ ਤੋਂ ਟੁਰ ਗਏ, ਮਾਲਿਕ ਇਸ ਫੂੜੀ ਵਿਛਾਵਣ ਦਾ ਸਦਕਾ ਉਹਨਾਂ ਦੇ ਦਰਜਾਤ ਗੁਲਾਂ ਦਾ ਫਰਮਾ। ਮਾਲਿਕ ਅੱਲਾ ਜਿਤਨੇ ਮਾਤਮੀ ਅਜ਼ਾਦਾਰਾਂ ਇਸ ਫੂੜੀ ਵਿਛਾਵਣ ਵਿੱਚ ਹਿੱਸਾ ਮਿਲਾਇਆ, ਮਾਲਿਕ ਅੱਲਾ ਉਹਨਾਂ ਦੇ ਰਿਜ਼ਕ ਜਾਨ ਮਾਲ ਵਕਤ ਵਿੱਚ ਇਜ਼ਾਫਾ ਫਰਮਾਇਆ। ਮਾਲਿਕ ਅੱਲਾ ਵਾਸਤੇ ਹੀ ਆਪਣੀ ਇੱਜ਼ਤ ਅਤੇ ਜਲਾਲ ਦਾ, ਜਿਤਨੇ ਇਸ ਫੂੜੀ 'ਤੇ ਅੱਜ ਦੇ ਦਿਹਾੜੇ ਪਰੇਸ਼ਾਨ ਤੁਰੇ ਹਨ, ਮਾਲਿਕ ਅੱਲਾ ਇਸ ਫੂੜੀ 'ਤੇ ਟੋਰਾ ਵਣ ਦਾ ਵਾਸਤੇ ਉਸ ਮੂਮਿਨ ਨੂੰ ਘਰ ਵੰਡਣ ਤੋਂ ਪਹਿਲੇ ਪਰੇਸ਼ਾਨੀਆਂ ਦੂਰ ਫਰਮਾ। ਮਾਲਿਕ ਅੱਲਾ ਜਿਤਨੇ ਮਾਤਮੀ ਮੁਕਾਣੀ ਮਾਵਾਂ ਭੈਣਾਂ ਇਸ ਫੂੜੀ 'ਤੇ ਅੱਜ ਦੇ ਦਿਹਾੜੇ ਕੋਈ ਹਾਜਤ ਲੈ ਕੇ ਆਇਆ, ਮਾਲਿਕ ਅੱਲਾ ਇਸ ਫੂੜੀ 'ਤੇ ਟੋਰਾ ਵਣ ਦਾ ਵਾਸਤੇ ਘਰ ਵੰਡਣ ਤੋਂ ਪਹਿਲੇ ਉਸ ਮੂਮਿਨ ਦੀ ਹਾਜਤ ਆਪਣੀ ਬਾਰਗਾਹ 'ਚ ਕਰੋ। ਮਾਲਿਕ ਅੱਲਾ ਜਿਤਨੇ ਮਾਤਮੀ ਅਜ਼ਾਦਾਰ ਇਸ ਫੂੜੀ 'ਤੇ ਅੱਜ ਦੇ ਦਿਹਾੜੇ ਮਾਵਾਂ ਭੈਣਾਂ 'ਚੋਂ ਕੋਈ ਬਿਮਾਰ ਆਇਆ ਹੈ, ਮਾਲਿਕ ਅੱਲਾ ਇਸ ਫੂੜੀ 'ਤੇ ਟੋਰਾ ਵਣ ਦਾ ਵਾਸਤੇ ਬਿਮਾਰ ਕਰਬਲਾ ਦੀ ਬਿਮਾਰੀ ਦਾ ਵਾਸਤੇ ਉਸ ਮੂਮਿਨ ਨੂੰ ਘਰ ਵੰਡਣ ਤੋਂ ਪਹਿਲੇ ਸਿਹਤ ਕਾਮਲਾ ਅਜਲਾ ਦਾ ਹੈ। ਮਾਲਿਕ ਅੱਲਾ ਮਾਲਿਕ ਅੱਲਾ ਖਸੂਸਨ ਸੈਯਦ ਅਲੀ ਰਜ਼ਾ ਬਿਮਾਰ ਹੈ, ਮਾਲਿਕ ਅੱਲਾ ਬਾਬਾ ਇਵੇਂ ਇੱਕ ਮਿੰਟ ਦੁਆ ਮੰਗਾਵਣ ਦੀ ਦੁਆ, ਇਵੇਂ ਇੱਕ ਮਿੰਟ ਇਹ ਜਿਹੜੇ ਮਾਤਮੀ ਖੜੇ ਤੋਂ ਸਭ ਲੈਣੇ ਇੱਕ ਮਿੰਟ। ਸੈਯਦ ਅਲੀ ਰਜ਼ਾ ਬਿਮਾਰ ਹੈ, ਮਾਲਿਕ ਅੱਲਾ ਬਿਮਾਰ ਕਰਬਲਾ ਦੀ ਬਿਮਾਰੀ ਦਾ ਵਾਸਤਾ ਹੀ, ਪਾਕ ਬੀਬੀ ਦੇ ਦੁੱਖਾਂ ਦਾ ਵਾਸਤਾ ਹੀ, ਸੈਯਦ ਅਲੀ ਰਜ਼ਾ ਨੂੰ ਜੁਮਲਾ ਮਿਨ ਮੋਮਨੀਨ ਨੂੰ ਸਿਹਤ ਕਾਮਲਾ ਅਜਲਾਤਾ ਫਰਮਾ। ਸੈਯਦ ਤਕੀਰ ਸ਼ਾਹ ਕਬੀਰ ਅਜ਼ਾਦਾਰੀ ਵਾਲੇ ਬਿਮਾਰ ਹੈ, ਸੈਯਦ ਤਕੀਰ ਹੁਸੈਨ ਸ਼ਾਹ ਸਲਾਰ ਵਹਿਣ ਤੋਂ ਬਿਮਾਰ ਹੈ, ਮਾਲਿਕ ਅੱਲਾ ਇਸ ਫੂੜੀ 'ਤੇ ਟੋਰਾ ਵਣ ਇਸ ਮਿਹਨਤ ਕਰਨ ਦਾ ਵਾਸਤਾ ਹੀ ਉਹਨੂੰ ਸੈਯਦਜ਼ਾਦੇ ਨੂੰ ਸਿਹਤ ਕਾਮਲਾ ਅਜਲਾਤਾ ਫਰਮਾ। ਸ਼ਾਮ ਹੋ ਗਈ ਹੈ ਜਿਹੜੇ ਮਾਤਮੀ ਬੈਠੇ ਹੋ, ਮੈਂ ਰੁਕਵਾਇਆ ਤੋਂ ਆ ਹੈ ਜਿਤਨੇ ਮਾਤਮੀ ਆਏ, ਕਿਉਂਕਿ ਇਹਨਾਂ ਦਾ ਟੋਰਾ ਵਣ ਦਾ ਮਕਸਦ ਆਈ ਦੁਆਵਾਂ ਦਾ ਪਿੰਨਣ ਅਤੇ ਮੁਕਾਉਣ ਦੇਵਣ ਅਤੇ ਦੁਆਵਾਂ ਪਿੰਨ ਕੇ ਜਾਵਣ। ਸ਼ਾਮ ਹੋ ਗਈ ਹੈ ਜਿਨ੍ਹਾਂ ਝੋਲੀਆਂ 'ਚ ਅੱਜਾਂ ਤਾਈਂ ਔਲਾਦ ਨਹੀਂ, ਸਦਕਾ ਉਸ ਬੀਬੀ ਦੀ ਖਾਲੀ ਝੋਲੀ ਦਾ ਜਿਹੜੀ ਸ਼ਾਮ ਦੇ ਜ਼ਿੰਦਾਨ 'ਚ ਬਾਬਾ ਜੀ ਖਾਲੀ ਝੋਲੀ ਵੇਖਿਆ, ਵੱਤ ਅਸਮਾਨ ਦੇ ਪਾਸੇ ਵੇਖ ਕੇ ਤੁਹਾਡੀ ਰੋਂਦੀ ਅੱਖਾਂ ਦੀ ਕਸਮ ਹੈ
جنہیں جھولیاں چ اجا تائیں اولاد نہیں، تسا جھولیاں پھیلاؤ تو میں اجڑی دا وین سناواں، اگلے سال تو پہلے اس جھولیے چ مولا دا ماتمی ہو سی۔ اصغر دی اجڑی ماں شام دے زندان چ خالی جھولی بڑا کے بابا جی اسمان دے پاس دیکھ کے بیٹھ کر کے آئی، بی بی آدی آئی پیا تارا فجر دا مالک اللہ سارے وارث دے ضرور تاجی فرما تارا دے گلاں۔